मानयोग श्री सुरेंद्र लांबा IPS सीनियर कप्तान पुलिस फिरोजपुर जी ने इन्होंने किया कि जितने वीडियो वायरल हुई है नाल दी नाल ही इन्हें सस्पेंड करके ASA बलविंदर सिंह सस्पेंड करके नाल ही डिपार्टमेंट इनकुआरी खोल दी गई है जिदी के इनकुआरी की जी अपने DSP सरदार जगीर सिंह ने वो इनकुआरी जी कर रहे हैं और फिर भी की किया कि इनू अपने हजे कंप्लेट नहीं शिकायतकर्ता ने हजे कंप्लेट दी नहीं SHO ने हदायत की गई है कि वो कंप्लेट लैके तो ये ASI जोड़ा है बलविंदर सिंह ये विरुद्ध जी कानूनी कार्रवाई की जाए। ये यह है कि इन्हें जोड़ा कि यह पैसों की मांग करता से पैसे जोड़े ना को पैसे इन्हों की पैसों की हुई है वीडियो वायरल। ਅਸਲ ਕੀ ਨਾਮ ਹੈਗਾ ਸੀਗਾ ਕਿਹੜੇ ਥਾਣੇ ਹੈਗਾ ਸੀਗਾ? ਇਹ ਹੈਗਾ ਜੀ ASA ਬਲਵਿੰਦਰ ਸਿੰਘ ਥਾਣਾ ਮੱਲਾਂਵਾਲਾ। ਸਰ ਉਹਦੇ ਚ SHO ਨੂੰ ਵੀ SHO ਨੂੰ ਪੈਸੇ ਦੇਣ ਦੀ ਗੱਲ ਵੀ ਉਹ ASI ਕਰ ਰਿਹਾ? ਉਹ ਵੇਖੋ ਜੀ ਉਹ ਤਫਤੀਸ਼ ਦਾ ਹਿੱਸਾ ਨੇ ਇਨਕੁਆਰੀ DSP ਜਗੀਰ ਸਿੰਘ ਕਰਨ ਰਹੇ ਨੇ। ਨਹੀਂ ਤੁਸੀਂ ਜਿਵੇਂ SHO ਨੂੰ ਹੀ ਕਹਿਤਾ ਵੀ ਕੰਪਲੇਂਟ ਲਓ ਉਹਦੇ ਵਿੱਚ ਉਹ ਕਹਿ ਰਿਹਾ ਕਿ SHO 5000 ਤੋਂ ਤਾਂ ਉਹਦੀ ਮਤਲਬ ਲੈਵਲ ਵੱਡਾ ਹੈ 5000 ਤੋਂ ਨਾ ਉਹਦੇ ਵਿੱਚ ਦੇ ਜਿਹੜੇ ਸਾਡੇ SSP ਸਾਹਿਬ ਨੇ ਉਹ ਜਦੋਂ ਕੰਪਲੇਂਟ ਦੇਣਗੇ ਉਹ ਆਪਣੇ ਮਾਰਕ ਕਰ ਲਾਂਗੇ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਉਹ ਕਿਸੇ GO ਨੂੰ ਵੀ ਦੇ ਸਕਦੇ ਨੇ ਉਹਦੇ ਆਪਣੇ ਸੀਨੀਅਰ ਕਪਤਾਨ ਇਹਨਾਂ ਦੇ ਹੁਕਮ ਦੀ ਇਹਨਾਂ ਦੀ ਗੱਲਾਂ ਨਾਲ। ਮਾਣਯੋਗ ਸ੍ਰੀ ਸੁਰਿੰਦਰ ਲਾਂਬਾ IPS ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਜੀ ਨੇ ਇਹਨਾਂ ਨੇ ਕੀਤਾ ਕਿ ਜਿੱਦਣ ਵੀਡੀਓ ਵਾਇਰਲ ਹੋਈ ਹੈ ਨਾਲ ਦੀ ਨਾਲ ਹੀ ਇਹਨੂੰ ਸਸਪੈਂਡ ਕਰਕੇ ASA ਬਲਵਿੰਦਰ ਸਿੰਘ ਨੂੰ ਸਸਪੈਂਡ ਕਰਕੇ ਨਾਲ ਹੀ ਡਿਪਾਰਟਮੈਂਟ ਇਨਕੁਆਰੀ ਖੋਲ ਦਿੱਤੀ ਗਈ ਹੈ ਜਿਹਦੀ ਕਿ ਇਨਕੁਆਰੀ ਦੀ ਜਿਹੜੀ ਹੈ ਉਹ ਆਪਣੇ DSP ਸਰਦਾਰ ਜਗੀਰ ਸਿੰਘ ਨੇ ਉਹ ਇਨਕੁਆਰੀ ਜਿਹੜੀ ਕਰ ਰਹੇ ਨੇ ਔਰ ਫਿਰ ਵੀ ਕੀ ਕੀਤਾ ਕਿ ਇਹਨੂੰ ਆਪਣੇ ਹਜੇ ਕੰਪਲੇਂਟ ਨਹੀਂ ਸ਼ਿਕਾਇਤਕਰਤਾ ਨੇ ਹਜੇ ਕੰਪਲੇਂਟ ਦਿੱਤੀ ਨਹੀਂ SHO ਨੂੰ ਹਦਾਇਤ ਕੀਤੀ ਗਈ ਹੈ ਕਿ ਉਹਦੇ ਕੋਲ ਕੰਪਲੇਂਟ ਲੈ ਕੇ ਤੇ ਇਹਦੇ ASI ਜਿਹੜਾ ਹੈਗਾ ਬਲਵਿੰਦਰ ਸਿੰਘ ਇਹਦੇ ਵਿਰੁੱਧ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਵਾਇਰਲ ਵੀਡੀਓਸ ਕੀ ਦੇਖਿਆ ਗਿਆ? ਇਹਦੇ ਵਿੱਚ ਇਹ ਹੈ ਕਿ ਇਹਨੇ ਜਿਹੜਾ ਕਿ ਇਹ ਪੈਸਿਆਂ ਦੀ ਮੰਗ ਕਰਦਾ ਸੀ ਪੈਸੇ ਜਿਹੜੇ ਨਾ ਇਹਦੇ ਕੋਲ ਪੈਸੇ ਇਹਨਾਂ ਦੀ ਪੈਸਿਆਂ ਦੀ ਹੋਈ ਹੈ ਵੀਡੀਓ ਵਾਇਰਲ। ਅਸਲ ਕੀ ਨਾਮ ਹੈਗਾ ਸੀਗਾ ਕਿਹੜੇ ਥਾਣੇ ਹੈਗਾ ਸੀਗਾ? ਇਹ ਹੈਗਾ ਜੀ ASA ਬਲਵਿੰਦਰ ਸਿੰਘ ਥਾਣਾ ਮੱਲਾਂਵਾਲਾ। ਸਰ ਉਹਦੇ ਚ SHO ਨੂੰ ਵੀ SHO ਨੂੰ ਪੈਸੇ ਦੇਣ ਦੀ ਗੱਲ ਵੀ ਉਹ ASI ਕਰ ਰਿਹਾ? ਉਹ ਵੇਖੋ ਜੀ ਉਹ ਤਫਤੀਸ਼ ਦਾ ਹਿੱਸਾ ਨੇ ਇਨਕੁਆਰੀ DSP ਜਗੀਰ ਸਿੰਘ ਕਰਨ ਰਹੇ ਨੇ। ਨਹੀਂ ਤੁਸੀਂ ਜਿਵੇਂ SHO ਨੂੰ ਹੀ ਕਹਿਤਾ ਵੀ ਕੰਪਲੇਂਟ ਲਓ ਉਹਦੇ ਵਿੱਚ ਉਹ ਕਹਿ ਰਿਹਾ ਕਿ SHO 5000 ਤੋਂ ਤਾਂ ਉਹਦੀ ਮਤਲਬ ਲੈਵਲ ਵੱਡਾ ਹੈ 5000 ਤੋਂ ਨਾ ਉਹਦੇ ਵਿੱਚ ਦੇ ਜਿਹੜੇ ਸਾਡੇ SSP ਸਾਹਿਬ ਨੇ ਉਹ ਜਦੋਂ ਕੰਪਲੇਂਟ ਦੇਣਗੇ ਉਹ ਆਪਣੇ ਮਾਰਕ ਕਰ ਲਾਂਗੇ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਉਹ ਕਿਸੇ GO ਨੂੰ ਵੀ ਦੇ ਸਕਦੇ ਨੇ ਉਹਦੇ ਆਪਣੇ ਸੀਨੀਅਰ ਕਪਤਾਨ ਇਹਨਾਂ ਦੇ ਹੁਕਮ ਦੀਆਂ ਇਹਨਾਂ ਦੀ ਗੱਲਾਂ ਨਾਲ।